ਜਿਵੇਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਪਿਛਲਾ ਡੇਢ ਮਹੀਨਾ ਮੈਂ ਕੈਨੇਡਾ ਰਿਹਾ, ਤਾਂ ਅਕਸਰ ਤੁਸੀਂ ਵੀ ਇਹ ਗੱਲ ਸੁਣਦੇ ਹੋਗੇ ਕਿ ਬਹੁਤੇ ਲੋਕ ਰਿਫਿਊਜੀ ਸਟੇਟਸ 'ਤੇ ਆ ਰਹੇ ਨੇ, ਰਿਫਿਊਜੀ ਸਟੇਟਸ ਕਲੇਮ ਕਰਨ ਦੇ ਲਈ ਆਪਦੇ ਕੇਸ ਅਪਲਾਈ ਕਰ ਰਹੇ ਨੇ, ਐਂਡ ਉਹਨਾਂ ਵਿੱਚੋਂ ਸਟੂਡੈਂਟਸ ਦੀ ਤਾਦਾਦ ਵੀ ਬਹੁਤ ਆ। ਕਦੋਂ ਲੋਕ ਰਿਫਿਊਜੀ ਵੱਲ ਨੂੰ ਮੂਵ ਹੁੰਦੇ ਆ? ਜਦੋਂ ਉਹਨਾਂ ਦਾ ਜਿਹੜੇ ਸਟੇਟਸ 'ਤੇ ਉਹ ਗਏ ਹੁੰਦੇ ਆ ਉਹਨੂੰ ਗਵਾ ਲੈਂਦੇ ਆ। ਦੋਸਤੋ, ਕੀ ਕਾਰਨ ਆ ਇਹਦੇ ਪਿੱਛੇ ਕਿ ਸਾਡੇ ਬੱਚੇ ਆਊਟ ਆਫ ਸਟੇਟਸ ਹੋ ਰਹੇ ਨੇ? ਤਾਂ ਇੱਕ ਦੋ ਬੱਚੇ ਮੈਨੂੰ ਮਿਲੇ ਆ ਕੇ ਉਹਨਾਂ ਦੀਆਂ ਮੈਂ ਕੁਝ ਜੋ ਉਹਨਾਂ ਨਾਲ ਬੈਠ ਕੇ ਮੇਰੀ ਗੱਲ ਹੋਈ, ਵਾਰਤਾਲਾਪ ਹੋਈ, ਤਾਂ ਉੱਥੋਂ ਜਿਹੜਾ ਮੈਂ ਸਿੱਟਾ ਕੱਢਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਤਾਂ ਜੋ ਸੁਣਨ ਵਾਲੇ ਮੇਰੇ ਸਰੋਤੇ ਪੇਰੈਂਟਸ, ਉਹ ਬੱਚੇ ਜਿਹੜੇ ਹੁਣ ਉੱਥੇ ਪਹੁੰਚੇ ਹੋਏ ਨੇ ਜਾਂ ਪੜ੍ਹ ਰਹੇ ਨੇ, ਉਹ ਅਵੇਅਰ ਹੋ ਜਾਣ। ਅਨਅਵੇਅਰਨੈਸ ਸਭ ਤੋਂ ਵੱਡਾ ਕਾਰਨ ਮੈਨੂੰ ਲੱਗਿਆ ਕਿ ਸਾਡੇ ਬੱਚੇ ਨਾ ਅਵੇਅਰ ਨਹੀਂ ਹੋਏ ਕੈਨੇਡਾ ਪਹੁੰਚ ਕੇ ਵੀ। ਮੈਂ ਥੋੜ੍ਹਾ ਜਿਹਾ ਤੁਹਾਨੂੰ ਕਲੀਅਰ ਕਰਦਾ ਕਿੱਦਾਂ ਮੈਂ ਗੱਲ ਕਰ ਰਿਹਾ। ਇੱਕ ਕੁੜੀ ਮੇਰੇ ਕੋਲ ਆਉਂਦੀ ਆ, ਉਹ ਮੈਨੂੰ ਦੱਸਦੀ ਆ, ਕਹਿੰਦੀ 2022 ਅਗਸਤ ਦੇ ਵਿੱਚ ਮੈਂ ਆਪਦਾ ਸਟੱਡੀ ਸਟੂਡੈਂਟ ਦਾ ਜਿਹੜਾ ਮੇਰਾ ਸਟੇਟਸ ਸੀ ਉਹ ਮੈਂ ਅੱਗੇ ਐਕਸਟੈਂਸ਼ਨ ਪਾਉਣ ਬਾਰੇ ਸੋਚਿਆ ਸੀ ਕਿ ਮੇਰਾ ਉਹ ਸਟੂਡੈਂਟ ਦਾ ਸਟੇਟਸ ਆ ਜਿਹੜਾ ਬਰਕਰਾਰ ਰਹਿ ਸਕੇ। ਕਿਸੇ ਕਾਰਨ ਕਰਕੇ ਮੇਰੀ ਪੜ੍ਹਾਈ ਛੁੱਟ ਗਈ ਸੀ, ਬਟ ਮੇਰਾ ਕੇਸ ਕੰਪਲੀਕੇਟਡ ਹੋ ਗਿਆ ਸੀ, ਅਤੇ ਜਿਹੜੇ ਏਜੰਟ ਕੋਲ ਮੈਂ ਗਈ ਸੀ ਉਹ ਮੈਨੂੰ ਕਹਿੰਦਾ ਕਿ ਸਟੱਡੀ ਪਰਮਿਟ ਐਕਸਟੈਂਸ਼ਨ ਤਾਂ ਨਹੀਂ ਹੋਣੀ, ਤੁਸੀਂ ਮੈਂ ਤੁਹਾਡਾ ਕਾਮਨ ਲਾਅ ਪਾਰਟਨਰ ਦੇ ਵਿੱਚ ਓਪਨ ਵਰਕ ਪਰਮਿਟ ਕਰਵਾ ਦਿੰਦਾ। ਕਹਿੰਦੀ ਉਹਨੇ $2000 ਮੇਰੇ ਤੋਂ ਚਾਰਜ ਕਰ ਲਿਆ ਕੈਸ਼, RCIC ਮੈਂਬਰ ਦੀ ਗੱਲ ਕਰ ਰਿਹਾ, ਧਿਆਨ ਰੱਖਿਓ, $2000 ਕੈਸ਼ ਮੇਰੇ ਤੋਂ ਚਾਰਜ ਕਰ ਲਿਆ, ਅਤੇ ਉਹਨੇ ਮੈਨੂੰ ਕਹਿਤਾ ਕਿ ਤੁਹਾਡੀ ਫਾਈਲ ਲੱਗ ਗਈ ਹੈ ਜੀ, ਜਦੋਂ ਹੀ ਰਿਜ਼ਲਟ ਆਉਂਦਾ ਮੈਂ ਤੁਹਾਨੂੰ ਦੱਸ ਦਿੰਦਾ। 2022 ਅਗਸਤ ਅਤੇ 2024 ਦਾ ਅਗਸਤ ਆਉਣ ਵਾਲਾ, 3 ਸਾਲ ਤਕਰੀਬਨ ਦੋ ਸਾਲ ਹੋ ਚੁੱਕੇ ਨੇ, ਹਾਲੇ ਤੱਕ ਉਹਨੂੰ ਕੋਈ ਰਿਜ਼ਲਟ ਨਹੀਂ ਮਿਲਿਆ। ਮੈਂ ਵੈਸੇ ਉਹ ਬੱਚੇ ਨੂੰ ਵੀ ਦੱਸਿਆ ਕਿ ਮੈਨੂੰ ਇਹ ਲੱਗਦਾ ਵੀ ਤੇਰੀ ਫਾਈਲ ਲੱਗੀ ਹੋਈ ਨਹੀਂ, ਤੂੰ ਇਸ ਵਕਤ ਆਊਟ ਆਫ ਸਟੇਟਸ ਆ, ਜੇ ਲੱਗੀ ਸੀ ਤਾਂ ਤੇਰੀ ਫਾਈਲ ਰਿਫਿਊਜ਼ ਹੋ ਚੁੱਕੀ ਆ, ਤੈਨੂੰ ਉਹਨੇ ਕੁਛ ਵੀ ਦੱਸਿਆ ਨਹੀਂ। ਹੁਣ ਦੇਖੋ, ਨਾ ਤੁਹਾਡੇ ਕੋਲ ਤੁਸੀਂ ਆਪਦੇ ਏਜੰਟ ਤੋਂ ਸਬਮਿਸ਼ਨ ਕਨਫਰਮੇਸ਼ਨ ਮੰਗ ਰਹੇ ਹੋ, ਪਹਿਲੀ ਚੀਜ਼ ਜਦੋਂ ਤੁਸੀਂ ਕਿਸੇ ਕੋਲ ਫਾਈਲ ਅਪਲਾਈ ਕੀਤੀ ਆ, ਤੁਸੀਂ ਉਹਨੂੰ ਕਹੋ ਬਾਈ ਚਲੋ ਤੁਸੀਂ ਉਹ, ਪਹਿਲੀ ਚੀਜ਼ ਤਾਂ ਇਹ ਸੀ ਵੀ ਤੁਹਾਡਾ ਕਾਮਨ ਲਾਅ ਪਾਰਟਨਰ ਵੱਲ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਸੀ, ਵੀ ਤੁਸੀਂ ਰੀਸਟੋਰ ਕਰਨ ਦੀ ਕੋਸ਼ਿਸ਼ ਕਰਦੇ, ਜੇ ਰੀਸਟੋਰ ਤੁਹਾਡਾ ਸਟੇਟਸ ਨਹੀਂ ਹੋ ਰਿਹਾ ਸੀ, ਤੁਸੀਂ ਵਿਜ਼ਿਟਰ 'ਤੇ ਆ ਕੇ ਦੁਬਾਰਾ ਸਟੱਡੀ ਪਰਮਿਟ ਲਈ ਅਪਲਾਈ ਕਰਦੇ। ਚਲੋ ਆਪਾਂ ਸਮਝਦੇ ਹਾਂ ਕਿ ਇੱਕ ਏਜੰਟ ਨੇ ਆਪਦੀ ਸੋਚ ਮੁਤਾਬਕ ਉਹਨੂੰ ਜੋ ਸਹੀ ਲੱਗਿਆ ਉਹਨੇ ਤੁਹਾਨੂੰ ਦੱਸਿਆ, ਹੁਣ ਉਹਨੇ ਤੁਹਾਨੂੰ ਜਿਹੜਾ ਦੱਸਤਾ ਵੀ ਤੁਸੀਂ ਕਾਮਨ ਲਾਅ ਪਾਰਟਨਰ ਵਾਲਾ ਮੈਂ ਤੁਹਾਡਾ ਕੇਸ ਅਪਲਾਈ ਕਰ ਰਿਹਾ, ਤੁਹਾਨੂੰ ਕਿਵੇਂ ਪਤਾ ਕਿ ਤੁਹਾਡੀ ਫਾਈਲ ਲੱਗੀ ਹੋਈ ਆ? ਤੁਸੀਂ ਉਹ ਤੋਂ ਸਬਮਿਸ਼ਨ ਕਨਫਰਮੇਸ਼ਨ ਲਓ, ਚਲੋ APR ਪੋਰਟਲ 'ਤੇ ਫਾਈਲ ਲੱਗੀ ਆ, ਉਹ ਤੁਹਾਨੂੰ ਨਹੀਂ ਦੇ ਸਕਦਾ। ਪਹਿਲੀ ਗੱਲ ਤਾਂ ਮੈਨੂੰ ਨਹੀਂ ਲੱਗਦਾ ਉਹਨੇ APR ਪੋਰਟਲ 'ਤੇ ਫਾਈਲ ਲਾਈ ਹੋਊਗੀ, ਜਿਹੜਾ ਤੁਹਾਡੇ ਤੋਂ ਕੈਸ਼ ਪੈਸੇ ਸਾਰੇ ਲੈ ਰਿਹਾ। ਚਲੋ APR ਪੋਰਟਲ 'ਤੇ ਫਾਈਲ ਲੱਗੀ, ਉਹ ਨਹੀਂ ਤੁਹਾਨੂੰ ਇਨਫੋਰਮੇਸ਼ਨ ਸਾਰੇ ਪੋਰਟਲ ਦੀ ਸ਼ੇਅਰ ਕਰ ਸਕਦਾ, ਤੁਹਾਡੇ GCK ਦਾ ਸਕਰੀਨਸ਼ੋਟ ਮੰਗੋ, ਉਹ ਤੋਂ ਰੈਗੂਲਰ ਰੂਟੀਨ 'ਚ ਮੰਗਦੇ ਰਹੋ, ਤਾਂ ਜੋ ਤੁਹਾਨੂੰ ਪਤਾ ਤਾਂ ਹੋਵੇ ਨਾ ਤੁਹਾਡੀ ਫਾਈਲ ਕਿਸ ਕੈਟਾਗਰੀ ਅੰਡਰ ਗਈ ਆ, ਤੁਹਾਡੀ ਫਾਈਲ ਦਾ ਇਸ ਵਕਤ ਸਟੇਟਸ ਕੀ ਆ। ਇੰਨੇ ਇਗਨੋਰੈਂਟ ਹੋ ਕੇ ਅਤੇ ਇਸ ਲੈਵਲ 'ਤੇ ਅਨਅਵੇਅਰ ਹੋ ਕੇ ਨਹੀਂ ਜੋ ਆਇਆ ਜਾਣਾ, ਆਏ ਤਾਂ ਲੋਕ ਤੁਹਾਨੂੰ ਬੁੱਧੂ ਬਣਾਉਂਦੇ ਰਹਿਣਗੇ। ਦੋਸਤੋ, ਤੁਸੀਂ ਕੈਨੇਡਾ ਹੋ, ਤੁਸੀਂ ਇੰਡੀਆ ਹੋ, ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਵੀ ਪ੍ਰੋਸੈਸ, ਵੈਸੇ ਤਾਂ ਦੁਨੀਆ ਦੇ ਕਿਸੇ ਵੀ ਤਰੀਕੇ ਦੇ ਸਿਸਟਮ ਦੇ ਵਿੱਚ ਤੁਸੀਂ ਆਪਦੇ ਪ੍ਰੋਸੈਸ ਨੂੰ ਤੋੜਨਾ, ਤਾਂ ਤੁਹਾਡੇ ਲਈ ਅਵੇਅਰਨੈਸ ਬਹੁਤ ਜ਼ਿਆਦਾ ਜ਼ਰੂਰੀ ਆ। ਪਰ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਹਾਂ, ਧਿਆਨ 'ਚ ਰੱਖੋ, ਤੁਸੀਂ
ਆਪਦੇ ਏਜੰਟ ਨੂੰ ਸਵਾਲ ਕਰਨੇ ਸ਼ੁਰੂ ਕਰੋ, ਉਹ ਤੋਂ ਕੋਰਸ ਪੁੱਛੋ, ਉਹਦੇ ਕੋਰਸ ਦੀ ਡਿਊਰੇਸ਼ਨ ਪੁੱਛੋ, ਉਹਦਾ ਕੰਟੈਂਟ ਪੁੱਛੋ, ਕਿਹੜੇ ਕੈਂਪਸ 'ਚ ਤੁਹਾਨੂੰ ਭੇਜ ਰਿਹਾ, ਕਿਹੜੀ ਯੂਨੀਵਰਸਿਟੀ ਕਾਲਜ 'ਚ ਭੇਜ ਰਿਹਾ, ਉਸ ਕਾਲਜ ਯੂਨੀਵਰਸਿਟੀ ਬਾਰੇ ਥੋੜ੍ਹਾ ਜਿਹਾ ਆਪ ਹੋਮਵਰਕ ਕਰੋ ਵੀ ਕਿਹੋ ਜਿਹਾ ਉੱਥੇ ਜੀਓਗ੍ਰਾਫਿਕਲੀ ਉਹ ਕਿੱਥੇ ਹੈਗਾ, ਕਿੱਥੇ ਤੁਹਾਨੂੰ ਉਹ ਭੇਜ ਰਿਹਾ, ਉਹਦਾ ਕੀ ਸਟੇਟਸ ਆ, ਲੋਕ ਉਹਦੇ ਬਾਰੇ ਕੀ ਬੋਲ ਰਹੇ ਆ। ਇੰਨੀ ਅਵੇਅਰਨੈਸ ਪਈ ਆ ਗੂਗਲ ਦੇ ਉੱਤੇ ਅੱਜ ਤੁਹਾਡੇ ਕੋਲ, ਕਲਿੱਕ ਅਵੇ ਅਵੇਅਰਨੈਸ ਆ, ਪਰ ਤੁਸੀਂ ਤਾਂ ਬਸ ਹਥਿਆਰ ਹੀ ਸੁੱਟ ਦਿੰਦੇ ਆ ਕਿਸੇ ਕੋਲ ਜਾ ਕੇ, ਲੋਕ ਤੁਹਾਨੂੰ ਬੇਵਕੂਫ ਬਣਾਈ ਜਾਂਦੇ ਆ। ਇਸ ਲਈ ਜਿੰਨਾ ਚਿਰ ਤੁਹਾਡੇ ਜਦੋਂ ਤੁਸੀਂ ਸਵਾਲ ਕਰਨੇ ਸ਼ੁਰੂ ਕਰੋਗੇ ਨਾ, ਤਾਂ ਸਾਡਾ ਏਜੰਟ ਤਬਕਾ ਵੀ ਪੜ੍ਹਨਾ ਸ਼ੁਰੂ ਕਰੂਗਾ। ਜਦੋਂ ਤੁਸੀਂ ਕਿਸੇ ਕੋਰਸ ਬਾਰੇ ਇਨ ਡੈਪਥ ਇਨਫੋਰਮੇਸ਼ਨ ਲੈ ਕੇ ਜਾਓਗੇ, ਅਗਲਾ ਤੁਹਾਡੇ ਤੋਂ ਕੋਰਸ ਦੋ ਦੇਤੇ ਤੁਹਾਨੂੰ, ਮੰਨ ਲਓ ਤੁਹਾਨੂੰ ਕਿਸੇ ਨੇ ਬਿਜ਼ਨਸ ਦਾ ਕੋਰਸ ਦਿੱਤਾ, ਜਾਂ ਤੁਹਾਨੂੰ ਅਰਲੀ ਚਾਈਲਡਹੁੱਡ ਦਾ ਕੋਰਸ ਦਿੱਤਾ, ਜਾਂ PSW ਦਿੱਤਾ, ਤੁਸੀਂ ਉਹ ਤੋਂ ਜਾ ਕੇ ਸਵਾਲ ਤਾਂ ਪੁੱਛੋ ਨਾ ਵੀ PSW ਪਰਸਨਲ ਸਪੋਰਟ ਵਰਕਰ ਦਾ ਅੱਗੇ ਫਿਊਚਰ ਕੀ ਆ, ਕਿੱਥੇ ਜੋਬ ਮਿਲਦੀ ਆ, ਕਿਹੋ ਜਿਹਾ ਇਹਦੇ ਵਿੱਚ ਕੰਟੈਂਟ ਮੈਨੂੰ ਪੜ੍ਹਨਾ ਪਊਗਾ, ਕੀ ਹੁੰਦਾ ਕੀ ਆ PSW, ਕਿਹੜੀਆਂ ਜਗ੍ਹਾ 'ਤੇ ਸਾਨੂੰ ਕੰਮ ਕਰਨਾ ਪੈਂਦਾ, ਕੀ ਪੇ ਸਕੇਲ ਹੁੰਦੀ ਆ ਉੱਥੇ। ਉਈਂ ਉੱਗਦੀਆਂ ਪਤਾਲ ਇੱਥੇ ਮਾਰੀ ਜਾਂਦੇ ਲੋਕ ਬੈਠੇ, ਤੁਸੀਂ ਸੁਣੀ ਜਾਂਦੇ ਆ। ਪਹਿਲਾਂ ਅਸੀਂ ਇੱਥੇ ਸੁਣਦੇ ਸੀ, ਹੁਣ ਅਸੀਂ ਕੈਨੇਡਾ ਵੀ ਇਹੀ ਕੰਮ ਸ਼ੁਰੂ ਕਰ ਲਿਆ, ਫਿਰ ਸਾਡੇ ਸਟੇਟਸ ਵੀ ਖਰਾਬ ਹੋਣਗੇ, ਸਾਨੂੰ ਰਿਫਿਊਜੀ ਵੀ ਪਾਉਣੇ ਪੈਣਗੇ। ਹੁਣ ਮੈਂ ਗਰੰਟੀ ਦੇਣ ਨੂੰ ਤਿਆਰ ਹਾਂ ਵੀ ਉਹ ਕੁੜੀ ਪਿਛਲੇ 2 ਸਾਲ ਤੋਂ ਆਊਟ ਆਫ ਸਟੇਟਸ ਚੱਲ ਰਹੀ ਆ, ਉਹਦਾ ਕੋਈ ਵੀ ਸਟੇਟਸ ਨਹੀਂ ਆ। ਹੁਣ ਇਹੋ ਜਿਹੇ 4-5 ਬੱਚੇ ਮੈਨੂੰ ਮਿਲ ਕੇ ਚਲੇ ਗਏ ਜਿਨ੍ਹਾਂ ਦਾ ਕਾਰਨ ਸਿਰਫ AC1 ਅਫੇਅਰ ਆ, ਬਸ ਪਤਾ ਹੀ ਨਹੀਂ, ਕੈਸ਼ 'ਤੇ ਕੰਮ ਕਰੀ ਜਾਂਦੇ ਆ, ਫੋਨ ਲਾਏ ਆ, ਕੰਨਾਂ 'ਚ ਟੂਟੀਆਂ ਜਿਹੀਆਂ ਪਾ ਲੈਂਦੇ ਆ, ਹੁੱਡੀਆਂ ਸਿਰ 'ਤੇ ਲੈ ਲੈਂਦੇ ਆ, ਫੋਨਾਂ 'ਚ ਪਤਾ ਨਹੀਂ ਕੀ ਲੱਭਦੇ, ਅਸੀਂ ਤੁਰੇ ਫਿਰਦੇ ਹਾਂ ਸਾਰਾ ਦਿਨ। ਹਰ ਬੱਚੇ ਦੇ ਹੱਥ ਦੇ ਵਿੱਚ ਫੋਨ ਆ, ਹਰ ਬੱਚੇ ਦੇ ਕੰਨਾਂ 'ਚ ਹੈੱਡਫੋਨ ਆ, ਪਰ ਮੈਨੂੰ ਇਹ ਨਹੀਂ ਪਤਾ ਉਹ ਪੜ੍ਹ ਕੀ ਰਿਹਾ, ਸੁਣ ਕੀ ਰਿਹਾ ਉਹਦੇ ਉੱਤੋਂ। ਜਿੱਥੇ ਪੜ੍ਹ ਜਿਹੜੀ ਚੀਜ਼ ਪੜ੍ਹਨ ਸੁਣਨ ਦੀ ਗੱਲ ਆ, ਉਹ ਤੁਸੀਂ ਕਰ ਨਹੀਂ ਰਹੇ। ਅਵੇਅਰਨੈਸ ਬਹੁਤ ਜ਼ਰੂਰੀ ਆ, ਏਜੰਟ ਦੀ ਚੋਣ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ ਤੁਹਾਡੀ, ਥੋੜ੍ਹਾ ਜਿਹਾ ਰੀਸਰਚ ਕਰ ਲਿਆ ਕਰੋ। ਹੁਣ ਵੀ ਤੁਸੀਂ ਸਾਡੇ ਕੋਲ ਪਹੁੰਚੇ ਹੋ, ਸਾਰਾ ਕੁਝ ਕੀ ਖਰਾਬ ਕਰਾ ਕੇ ਤੁਸੀਂ ਸਾਡੇ ਕੋਲ ਪਹੁੰਚੇ ਹੋ। ਹੁਣ ਅਸੀਂ ਕੀ, ਨਾ ਤੇਰੇ ਕੋਲ ਗੁੜੀਆ ਕੋਲ ਉਹਦੇ ਕੋਲ ਨਾ UCI ਨੰਬਰ ਉਹਦਾ, ਨਾ ਉਹਦਾ ਕੋਈ ਫਾਈਲ ਨੰਬਰ, ਨਾ ਕੋਈ ਸਬਮਿਸ਼ਨ ਕਨਫਰਮੇਸ਼ਨ, ਕੁਛ ਵੀ ਨਹੀਂ। ਕਿਸ ਆਧਾਰ 'ਤੇ ਕੋਈ ਦੂਸਰਾ ਏਜੰਟ ਤੁਹਾਡੇ ਕੇਸ ਨੂੰ ਚੈੱਕ ਕਰੂਗਾ, ਕੀ ਕਿਵੇਂ ਤੁਹਾਨੂੰ ਕੋਈ ਇਨਫੋਰਮੇਸ਼ਨ ਅੱਗੇ ਦਊਗਾ। ਸੋ ਮੇਰੀ ਬੇਨਤੀ ਆ, ਅਵੇਅਰਨੈਸ ਲੈ ਕੇ ਆਓ ਆਪਦੇ ਅੰਦਰ, ਥੋੜ੍ਹਾ ਜਿਹਾ ਸਮਾਂ ਕੱਢ ਕੇ ਪੜ੍ਹਨਾ ਸ਼ੁਰੂ ਕਰੋ। ਜਦੋਂ ਤੁਸੀਂ ਕਿਸੇ ਕੇਸ ਦੇ ਉੱਤੇ ਆਪਦੇ ਉੱਤੇ ਕਰਮ ਆਪਦਾ ਕੋਈ ਜ਼ਰੂਰੀ ਆ, ਪ੍ਰੋਫੈਸ਼ਨਲ ਹੱਥਾਂ 'ਚ ਆਪਦਾ ਕੇਸ ਦੇਣਾ, ਪਰ ਕੋਰੇ ਕਾਗਜ਼ ਬਣ ਕੇ ਜਾਣਾ ਜ਼ਰੂਰੀ ਨਹੀਂ ਹੈ। ਸੋ ਮੇਰੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਅਵੇਅਰਨੈਸ ਲੈ ਕੇ ਆਓ, ਪੜ੍ਹਨਾ ਸ਼ੁਰੂ ਕਰੋ। ਥੈਂਕ ਯੂ ਵੈਰੀ ਮੱਚ।